ਪਰ ਅਫਸੋਸ ਆ ਕਿ ਜਾਣ ਬੁੱਝ ਕੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਨਾਲ ਧੱਕਾ ਕਰਨਾ ਚਾਹੁੰਦੇ ਕੁਛ ਲੋਕ, ਜਾਂ ਜਾਣ ਬੁੱਝ ਕੇ ਬਾਬੇ ਨਾਨਕ ਦੇ ਜਿੱਥੇ ਦੁਨੀਆਂ ਨੇ ਇਸ਼ਨਾਨ ਕਰਨ ਵਾਸਤੇ ਆਉਣਾ, ਵੀ ਉਹਨੂੰ ਅਸੀਂ ਆਪਣੀ ਗੰਦਗੀ ਉਹਨਾਂ ਨੂੰ ਪਿਆਉਣੀ ਪਿਆਉਣੀ ਹੈ, ਜਾਂ ਉਹਨਾਂ ਨੇ ਪਵਿੱਤਰ ਪਾਣੀ ਦੇ ਵਿੱਚ ਅਸੀਂ ਗੰਦਗੀ ਪਾਉਣੀ ਪਾਉਣੀ ਹੈ। ਮਨਸਾ ਉਹੀ ਦੱਸ ਸਕਦੇ ਆ, ਇਹਦੂ ਅੱਤ ਮਾੜਾ ਕੁਛ ਨਹੀਂ ਹੋ ਸਕਦਾ। ਜਿਹੜੇ ਸਰਦਾ ਵਾਲੇ ਆ, ਅਸੀਂ ਤਾਂ ਹੁਣ ਵੀ ਤੁਹਾਡੇ ਸਾਹਮਣੇ ਜਲ ਸਕਿਆ, ਸਾਡੀ ਤਾਂ ਆਸਥਾ ਇਹ ਯਾਰ ਵੀ ਪਾਉਣ ਅਤੇ ਸਾਡੇ ਵਾਸਤੇ ਤਾਂ ਅੰਮ੍ਰਿਤਾ ਇਹਦੂ ਵੱਡਾ ਕੋਈ ਨਹੀਂ ਹੋ ਸਕਦਾ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਬਿਲਕੁਲ ਨੇੜੇ ਆ ਗਿਆ, ਜਿਸ ਦੇ ਬਾਵਜੂਦ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਢਿੱਲੀ ਲੱਗ ਰਹੀ ਹੈ। ਇੱਕ ਪਾਸੇ SGPC ਅਤੇ ਪੰਜਾਬ ਸਰਕਾਰ ਸੁਲਤਾਨਪੁਰ ਲੋਧੀ 'ਚ ਵੱਡੇ ਪੱਧਰ 'ਤੇ ਸਮਾਗਮ ਕਰਵਾ ਰਹੀ ਹੈ, ਪਰ ਦੂਜੇ ਪਾਸੇ ਜਿਸ ਕਾਲੀ ਬੇਂਚ ਸ਼ਰਧਾਲੂਆਂ ਨੇ ਇਸ਼ਨਾਨ ਕਰਕੇ ਖੁਦ ਨੂੰ ਪਵਿੱਤਰ ਕਰਨਾ, ਉਸ ਵੱਲ ਸਰਕਾਰ ਬਿਲਕੁਲ ਧਿਆਨ ਨਹੀਂ ਦੇ ਰਹੀ। ਕਾਲੀ ਬੇਂਚ ਦੇ ਸਾਫ਼ ਪਾਣੀ 'ਚ ਦੂਸ਼ਿਤ ਪਾਣੀ ਵੱਡੀ ਮਾਤਰਾ 'ਚ ਮਿਲ ਰਿਹਾ ਹੈ, ਜਿਸ ਨਾਲ ਬੇਂਚ ਦਾ ਪਾਣੀ ਦਿਨ ਪਰ ਦਿਨ ਜ਼ਹਿਰੀਲਾ ਹੁੰਦਾ ਜਾ ਰਿਹਾ ਹੈ। ਬੇਸ਼ੱਕ ਪੰਜਾਬ ਸਰਕਾਰ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪ੍ਰਦੂਸ਼ਣ ਫੈਲਾਉਣ ਦੇ ਮਾਮਲੇ 'ਚ 50 ਕਰੋੜ ਜੁਰਮਾਨਾ ਲਗਾਇਆ ਸੀ, ਫਿਰ ਵੀ ਸਰਕਾਰ 'ਤੇ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ। ਹੁਣ ਵਾਤਾਵਰਣ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਸਰਕਾਰ 'ਤੇ ਆਪਣਾ ਗੁੱਸਾ ਕੱਢਿਆ। ਸੀਚੇਵਾਲ ਨੇ ਕਿਹਾ ਕਿ ਗੁਰੂ ਜੀ ਦੇ ਪ੍ਰਕਾਸ਼ ਪੁਰਬ 'ਤੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆਉਣਗੀਆਂ ਅਤੇ ਕਾਲੀ ਵੇਈ 'ਚ ਇਸ਼ਨਾਨ ਕਰਨਗੀਆਂ, ਜਦੋਂ ਵੇਈ 'ਚ ਪੈਂਦੇ ਦੂਸ਼ਿਤ ਪਾਣੀ ਨੂੰ ਦੇਖਣਗੀਆਂ ਤਾਂ ਉਹਨਾਂ 'ਤੇ ਕੀ ਅਸਰ ਪਏਗਾ, ਅਤੇ ਉਹਨਾਂ ਕਿਹਾ ਕਿ ਸਰਕਾਰ ਤੋਂ ਸਾਨੂੰ ਉਮੀਦ ਖਤਮ ਹੋ ਗਈ ਹੈ। ਜਾਣ ਬੁੱਝ ਕੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਨਾਲ ਧੱਕਾ ਕਰਨਾ ਚਾਹੁੰਦੇ ਕੁਛ ਲੋਕ, ਜਾਂ ਜਾਣ ਬੁੱਝ ਕੇ ਬਾਬੇ ਨਾਨਕ ਦੇ ਜਿੱਥੇ ਦੁਨੀਆਂ ਨੇ ਇਸ਼ਨਾਨ ਕਰਨ ਵਾਸਤੇ ਆਉਣਾ, ਵੀ ਉਹਨੂੰ ਅਸੀਂ ਆਪਣੀ ਗੰਦਗੀ ਉਹਨਾਂ ਨੂੰ ਪਿਆਉਣੀ ਪਿਆਉਣੀ ਹੈ, ਜਾਂ ਉਹਨਾਂ ਨੇ ਪਵਿੱਤਰ ਪਾਣੀ ਦੇ ਵਿੱਚ ਅਸੀਂ ਗੰਦਗੀ ਪਾਉਣੀ ਪਾਉਣੀ ਹੈ। ਇਸ਼ਨਾਨ ਕਰਨ ਵਾਲੇ ਆ, ਜਾਂ ਜਿਨ੍ਹਾਂ ਨੇ ਇੱਥੇ ਆਣ ਕੇ ਆਸਥਾ ਦੀ ਜਲ ਅੰਮ੍ਰਿਤ ਜਲ ਸਕਣਾ, ਉਹਦੇ ਵਿੱਚ ਉਹਨਾਂ ਨੂੰ ਅਸੀਂ ਆਪਣੀ ਲੈਟਰਨ ਟੋਇਲਟ ਸ਼ਹਿਰਾਂ ਦਾ ਗੰਦਾ ਪਾਣੀ ਪਿਆ ਕੇ, ਇਹਦੂ ਕੀ ਮਾੜਾ ਹੋ ਸਕਦਾ, ਕੀ ਇਹਦੇ ਵਿੱਚੋਂ ਲਾਭ ਕਿਸੇ ਨੂੰ ਹੋ ਸਕਦਾ, ਸਾਨੂੰ ਉਹ ਵੀ ਨਹੀਂ ਦਿਖਦਾ ਕਿ ਅਸੀਂ ਗੁਰੂ ਤੋਂ ਇੰਨਾ ਹੀ ਬੇਮੁੱਖ ਹੋ ਗਏ। ਨਹੀਂ, ਜਿਹੜੇ ਸਰਦਾ ਵਾਲੇ ਆ, ਅਸੀਂ ਤਾਂ ਹੁਣ ਵੀ ਤੁਹਾਡੇ ਸਾਹਮਣੇ ਚੱਲ ਸਕਿਆ, ਸਾਡੀ ਤਾਂ ਆਸਥਾ ਇਹ ਯਾਰ ਵੀ ਪਾਉਣ ਅਤੇ ਸਾਡੇ ਵਾਸਤੇ ਤਾਂ ਅੰਮ੍ਰਿਤਾ ਇਹਦੂ ਵੱਡਾ ਕੋਈ ਨਹੀਂ ਹੋ ਸਕਦਾ, ਪਰ ਸ਼ਰਮ ਚਾਹੀਦੀ ਹੈ ਇਹਨਾਂ ਨੂੰ, ਸਿਸਟਮ ਨੂੰ ਸ਼ਰਮ ਚਾਹੀਦੀ ਹੈ। ਕਾਲੀ ਵੇਈ ਦੇ ਦੂਸ਼ਿਤ ਪਾਣੀ ਦੀਆਂ ਰਿਪੋਰਟਾਂ ਮੀਡੀਆ 'ਚ ਆਉਣ 'ਤੇ ਉੱਧਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੀ ਸਖ਼ਤ ਦਿਖਾਈ ਦੇ ਰਿਹਾ। ਇਸ ਸੰਬੰਧ 'ਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਪੰਜਾਬ ਚੇਅਰਮੈਨ ਮੌਕੇ 'ਤੇ ਜਾਇਜ਼ਾ ਲੈਣ ਪਹੁੰਚੇ। ਅਸੀਂ ਕੱਲ੍ਹ ਅਖਬਾਰ ਦੇ ਵਿੱਚ ਨਿਊਜ਼ ਆਈ ਸੀ, ਕਾਫੀ ਦੇਰ ਤੋਂ ਕਮੇਟੀ ਮੀਟਿੰਗਾਂ ਕਰ ਰਹੀ ਹੈ, NGT ਨੇ ਅਪੁਆਇੰਟ ਕੀਤੀ ਹੋਈ ਹੈ ਇੱਕ ਕਮੇਟੀ, ਕਿ ਜਿਹੜਾ ਵਾਤਾਵਰਨ ਹੈ, ਪ੍ਰਦੂਸ਼ਣ ਹੈ, ਇਹਨੂੰ ਖਤਮ ਕਰਨਾ ਔਰ ਵਾਤਾਵਰਨ ਨੂੰ ਬਚਾਉਣਾ। ਕੱਲ੍ਹ ਅਖਬਾਰ ਦੇ ਵਿੱਚ ਖਬਰ ਆਈ ਸੀ, ਅੱਜ ਹੀ ਅਖਬਾਰ ਦੇ ਵਿੱਚ ਸਵੇਰੇ ਖਬਰ ਆਈ ਸੀ ਕਿ ਜਿਹੜੀ ਕਾਲੀ ਸਾਡੀ ਬੇਈ ਆ, ਪਵਿੱਤਰ ਬੇਈ ਹੈ, ਇਹਦੇ ਵਿੱਚ ਪ੍ਰਦੂਸ਼ਣ ਘੱਟ ਨਹੀਂ ਰਹੀ, ਰਾਤ ਵੱਧ ਰਹੀ ਹੈ। ਅਸੀਂ ਸੋਚਿਆ ਕਿ ਜਾ ਕੇ ਮੌਕੇ 'ਤੇ ਮੁਆਇਨਾ ਕਰਦੇ ਹਾਂ। ਹੁਣ ਜਿਹੜੀ ਪਿਛਲੀਆਂ ਮੀਟਿੰਗਾਂ 2 ਹੋਈਆਂ ਸੀ ਮਾਰਚ ਵਿੱਚ, ਫਿਰ ਅਗਸਤ ਦੇ ਵਿੱਚ, ਮੇ ਦੇ ਵਿੱਚ ਔਰ ਅਗਸਤ ਦੇ ਵਿੱਚ, ਉਹਨਾਂ ਮੀਟਿੰਗਾਂ ਦੇ ਵਿੱਚ ਡਾਇਰੈਕਸ਼ਨਾਂ ਇਸ਼ੂ ਕੀਤੀਆਂ ਸਨ, ਕਾਫੀ ਸਾਰੀਆਂ ਕੰਪਲਾਈਂਟ ਹੋ ਗਈਆਂ ਨੇ, ਕੁਛ ਜਿਹੜੀਆਂ ਕੰਪਲਾਈਂਟ ਨਹੀਂ ਸੀ ਹੋ ਸਕੀਆਂ ਉਹਨਾਂ ਬਾਰੇ ਅੱਜ ਡਾਇਰੈਕਸ਼ਨਾਂ ਕਰ ਦਿੱਤੀਆਂ ਗਈਆਂ ਨੇ। ਬਾਬਾ ਜੀ ਕੰਮ ਦੀ ਦੇਖਭਾਲ ਕਰ ਰਹੇ ਆ, ਇਹ ਵੀ ਮੈਂਬਰ ਨੇ ਇਸ ਕਮੇਟੀ ਦੇ, ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਪਵਿੱਤਰ ਦਿਨ 'ਤੇ ਜਿਹੜਾ ਅਗਲੇ ਮਹੀਨੇ ਆ ਰਿਹਾ, ਕਿ ਸਾਰੇ ਸ਼ਰਧਾਲੂ ਇਸ ਪਵਿੱਤਰ ਨਦੀ ਦੇ ਵਿੱਚ, ਬੇਈ ਦੇ ਵਿੱਚ, ਜਿਹਦੇ ਵਿੱਚ ਬਾਬਾ ਜੀ ਨੇ ਟੁੱਬੀ ਲਾਈ ਸੀ ਅਤੇ ਉਹਨਾਂ ਨੂੰ ਪਰਮਾਤਮਾ ਦੀ ਬਲੈਸਿੰਗਸ ਹਾਸਲ ਹੋਈਆਂ ਸੀਗੀਆਂ, ਉਹ ਸਾਰੇ ਉਹਦੇ ਵਿੱਚ ਇਸ਼ਨਾਨ ਕਰ ਸਕਣ, ਤਾਂ ਕਿ ਉਹਨਾਂ ਨੂੰ ਵੀ ਬਲੈਸਿੰਗਸ ਪ੍ਰਾਪਤ।
ਸੰਤ ਬਲਵੀਰ ਸਿੰਘ ਸੀਚੇਵਾਲ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਬੁਲਾਈ ਮੀਟਿੰਗ 'ਤੇ ਸਵਾਲ ਚੁੱਕੇ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਡੇ ਅਧਿਕਾਰੀਆਂ ਨੂੰ ਬੁਲਾਇਆ ਗਿਆ ਸੀ ਪਰ ਉਹ ਨਹੀਂ ਪਹੁੰਚੇ। ਇਸ ਤੋਂ ਸਾਫ਼ ਹੋ ਗਿਆ ਕਿ ਇਸ ਬੇਈ ਨੂੰ ਸਾਫ਼ ਕਰਨ ਲਈ ਅਧਿਕਾਰੀ ਕਿੰਨੇ ਗੰਭੀਰ ਹਨ। ਦੱਸ ਦੇਈਏ ਕਿ ਕਾਲੀ ਵੇਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਡੁਬਕੀ ਲਗਾਈ ਸੀ। ਸੁਰਿੰਦਰ ਸਿੰਘ ਬੱਬੂ ਦੀ ਰਿਪੋਰਟ, D5 ਚੈਨਲ, ਪੰਜਾਬੀ।